ਹਾਂ ਜਿੱਕੇ ਦਸਾਰੇ ਸਾਰੇ ਪਾਸੇ ਵੀਡੀਓ ਬਚਾਇਆ ਤੁਹਾਨੂੰ ਦਿਖਾਉਣਾ ਮੋਦੀ ਦੀਆਂ ਕਰਤੂਤਾ ਮੋਦੀ ਨੇ ਦੇਸ਼ ਦੇ ਲੋਕਾਂ ਦਾ ਵੀ ਆਹੀ ਹਾਲ ਕੀਤਾ ਜਿਹੜਾ ਮੋਰ ਦਾ ਕੀਤਾ ਪਹਿਲਾਂ ਮੋਰ ਨੂੰ ਖੁਲਾਇਆ ਪੜਾਇਆ ਕਮਾਇਆ ਤੇ ਬਾਅਦ ਚ ਮੋਰ ਦੇ ਖੰਭ ਲਾ ਗਏ ਗਲ ਚ ਪਾ ਲਏ ਮੋਦੀ ਨੇ ਦੇਖ ਸਕਦੇ ਆ ਮੋਦੀ ਮੋਰ ਨੂੰ ਖੁਲਾ ਪਲਾ ਰਿਆ ਆ ਤੇ ਉਹਨੂੰ ਤਕੜਾ ਕੀਤਾ ਸਾਰਾ ਕੁਝ ਕਰਕੇ ਤੇ ਮੋਰ ਵੀ ਵਿਚਾਰਾ ਕਹਿੰਦਾ ਮੋਦੀ ਜੀ ਨੇ ਕੀ ਆ ਹੈ ਤਾਂ ਕੁਝ ਸੋਚ ਸਮਝ ਕੇ ਕੀਤਾ ਹੋਗਾ ਮੋਰ ਦਾ ਹਾਲ ਦੇਖ ਲਓ ਕੀ ਕਰਤਾ ਗਲ ਚ ਹਾਰ ਪਾ ਲਿਆ ਮੋਰ ਦੇ ਖੰਭਾਂ ਦਾ ਸਾਰੇ ਪਾਸੇ ਸ਼ੇਅਰ ਕਰਿਓ ਉਹਨਾਂ ਦੀਆਂ ਹੋਰ ਕਰਤੂਤਾਂ ਦਿਖਾਉਣਾ ਲਤਾ ਮਗੇਸ਼ਕਰ ਜੀ ਦੀ ਮੌਤ ਤੇ ਇਹਨਾਂ ਦੇ ਦਿਲਾਂ 'ਚ ਇਹਨਾਂ ਜ਼ਹਿਰ ਆ ਤੇ ਤੁਹਾਨੂੰ ਦਿਖਾਉਣਾ ਦੁਨੀਆ ਕਿੱਥੇ ਪਹੁੰਚ ਗਈ ਅੱਜ ਦੇ ਦਿਨ ਭਾਰਤ ਨੇ ਸਭ ਤੋਂ ਪਹਿਲੀ ਪਣ ਡੁੱਬੀ ਤਿਆਰ ਕੀਤੀ ਸੀ ਜਿਹੜੀ ਭਾਰਤ 'ਚ ਤਿਆਰ ਹੋਈ ਸੀ ਉਹ ਵੀ ਦਿਖਾਉਨੇ ਆ ਤੁਹਾਨੂੰ ਤੇ ਦੇਖੋ ਮੋਦੀ ਨੇ ਖਲਾਬ ਲਾ ਕੇ ਮੋਰ ਦੇ ਖੰਭ ਗਾਲੇ 'ਚ ਪਾ ਲੈ ਬਾਈ ਜੀ ਮੋਦੀ ਹੈ ਤਾਂ ਸੰਭ 可能 ਹੈ ਤੇ ਸ਼ੇਅਰ ਕੱਟ ਹੁੰਦੇ ਉਹ ਵੀ ਤੁਹਾਨੂੰ ਦਿਖਾਉਣਾ ਰੀਚ ਬਹੁਤ ਜ਼ਿਆਦਾ ਕੱਟੀ ਹੋ ਜੀ ਨੋਟੀਫਿਕੇਸ਼ਨ ਜਾਂਦਾ ਨਹੀਂ ਇੱਕੋ ਹੀ बार-बार ਰਿਕੁਐਸਟ ਹੈ ਬਾਈ ਜੀ ਆਪਣੇ ਦੋ ਪੱਕੇ ਟਾਈਮ ਆ ਸਰਚ ਕਰਕੇ ਵੀਡੀਓ ਦੇਖ ਲਿਆ ਕਰੋ ਹੋਰਾਂ ਤੱਕ ਵੀ ਪਹੁੰਚਾਇਆ ਕਰੋ ਇੱਕ ਸਕਿੰਟ ਰੁਕੋ ਮੈਂ ਸ਼ੇਅਰ ਕਰਦਾ ਸੀ ਤੇ ਫਿਰ ਫੋਟੋ ਮੇ ਲਗਾਤਾਰ ਤੁਹਾਨੂੰ ਦਿਖਾਉਣੇ ਆ ਜੀ ਇੰਡੀਆ ਚ ਕੀ ਚੱਲਦਾ ਪਿਆ ਹਾਲ ਬਹੁਤ ਮਾੜੇ ਆ ਭਰਾਵੋ ਇਹਨਾਂ ਜ਼ਹਿਰੀ ਲੋਕਾਂ ਦੇ ਇਹਨਾਂ ਦੇ ਦਿਲਾਂ ਚ ਇਹਨਾਂ ਜ਼ਹਿਰ ਆ ਸਪੈਸ਼ਲੀ ਮੁਸਲਮਾਨ ਲਈ ਤੁਹਾਨੂੰ ਦਿਖਾਉਣਾ ਆ ਦੇਖੋ ਸ਼ੁਰੂ ਕਰਦੇ ਆ ਜੀ ਦੁਨੀਆ ਅੱਜ ਤੋਂ 40 ਸਾਲ ਪਹਿਲਾਂ ਬੰਦਾ ਮਕੈਂਡਲਸ ਅੱਜ ਦੇ ਦਿਨ 1984 'ਚ ਇਹਨੇ ਸਪੇਸ ਵਾਕ ਕੀਤੀ ਸੀ ਜਿਹੜੇ ਸਪੇਸ ਵਾਕ ਕਰਦੇ ਆ ਅਸਮਾਨ ਦੇ ਉੱਤੇ ਉਹ ਜਿਹੜੇ ਆਪਣਾ ਸਪੇਸ ਸਟੇਸ਼ਨ ਦੇ ਵਿੱਚ ਹੁੰਦੇ ਉਹਦੇ ਨੇੜੇ ਤੇੜੇ ਹੀ ਹੁੰਦੇ ਹਨਾ ਬੈਲਟਾਂ ਜੀਆਂ ਲਾ ਕੇ ਪਰ ਇਹ ਬਰੂਸ ਮਕੇਂਟਲਸ ਦੁਨੀਆ ਦਾ ਪਹਿਲਾ ਇਨਸਾਨ ਹੋਇਆ ਸੀ ਜਿਹੜਾ ਸਪੇਸ ਸਟੇਸ਼ਨ ਤੋਂ ਕਈ ਦੂਰ ਗਿਆ ਸੀ ਦੇਖ ਸਕਦੇ ਆ ਅੱਜ ਦੇ ਦਿਨ 1984 ਚ ਦੇਖੋ ਕਿੱਥੇ ਤੁਰਿਆ ਫਿਰਦਾ ਦੇਖ ਸਕਦੇ ਆਲੇ ਦੁਆਲੇ ਕੋਈ ਸਪੇਸ ਸਟੇਸ਼ਨ ਨਹੀਂ ਇਹ ਬਹੁਤ ਦੂਰ ਤੱਕ ਗਿਆ ਸੀਗਾ ਇਹ ਦੇਖ ਸਕਦੇ ਆ ਜੀ ਸੋ ਇਦਾਂ ਦੀਆਂ ਚੀਜ਼ਾਂ ਬੱਚਿਆਂ ਨੂੰ ਦਿਖਾਇਆ ਕਰੋ ਅੱਜ ਦੇ ਦਿਨ ਭਾਰਤ ਚ ਸਭ ਤੋਂ ਪਹਿਲੀ ਪਣ ਡੁੱਬੀ ਤਿਆਰ ਹੋਈ ਸੀ ਉਹ ਵੀ ਦਿਖਾਉਣੇ ਆ ਬਾਈ ਜੀ ਦੁਨੀਆ ਕਿੱਥੇ ਆ ਤੇ ਆਪਣੇ ਕੀ ਨਫਰਤਾਂ ਬਾਈ ਜੀ ਅਮਰੀਕਾ ਚ ਸੈਂਟਰਲ ਪਾਰਕ ਐ ਨਿਊਯਾਰਕ ਚ 186 ਕਿਲੋ 24 ਕੈਰੇਟ ਸੋਨਾ ਬੰਦੇ ਨੇ ਪਾਰਕ ਚ ਰੱਖਤਾ ਹਾਂ ਜੀ ਇਹ ਸੋਨਾ ਆ ਜੀ ਇਹ ਕੋਈ ਝਾਲ ਨਹੀਂ ਮਾਰੀ ਕੋਈ ਨਕਲੀ ਨਹੀਂਗਾ 186 ਕਿਲੋ 24 ਕੈਰੇਟ ਸੋਨਾ 12 ਮਿਲੀਅਨ ਅਮਰੀਕਨ ਡਾਲਰ ਦਾ 1284 ਆਰਾਊਂਡ 100 ਕਰੋੜ ਰੁਪਏ ਦਾ ਸੋਨਾ ਅਮਰੀਕਾ ਚ ਪਾਰਕ ਚ ਰੱਖਿਆ ਬੰਦੇ ਨੇ ਦੇਖ ਸਕਦੇ ਆ ਤੇ ਜੇ ਕਿਸੇ ਨੂੰ ਡਾਊਟ ਹੈ ਝੂਠ ਹੈ ਜਾਂ ਜੋ ਵੀ ਆ ਕਸਟੇਲੋ ਕੋਇਨ ਸੀਏ ਐਸੈਟ E E D O L O ਸੱਚ ਕਸਟੇਲੋ ਕਯੂਬ ਉਸਨੇ ਆਪਣਾ ਸਿੱਕਾ ਕ੍ਰਿਪਟੋ ਕਰੰਸੀ ਦਾ ਸਿੱਕਾ ਜਾਰੀ ਕੀਤਾ ਕਸਟੇਲੋ ਕੋਇਨ ਉਹਦੀ ਪ੍ਰੋਮੋਸ਼ਨ ਲਈ ਉਸਨੇ 186 ਕਿਲੋ ਸੋਨਾ ਪਿਓਰ 24 ਕੈਰੇਟ ਆ ਦੇਖ ਸਕਦੇ ਆ ਨਿਊਯਾਰਕ ਦੇ ਪਾਰਕ ਚ ਰੱਖਿਆ ਹੈ ਦੀ ਸਕਿਉਰਟੀ ਲਈ ਵੀ ਚਲੋ ਆਲੇ ਦੋਲੇ ਬੰਦੇ ਰੱਖੇ ਹੋਏ ਹੋਣੇ ਆ ਤੇ ਤੁਸੀਂ ਇਹ ਦੱਸਿਓ ਜੇ ਆਪਣੇ ਸੋ ਭਰਾਵੋ ਮੇਰੇ ਦਾ ਪਿੰਡ ਨਰੂਡ ਸਿਵਿਆਂ ਚ ਲੋਕ ਚੋਰ ਤਾਰਾਂ ਲੈ ਗਏ ਸੀਗੇ ਹਨਾ ਚੋਰੀ ਕਰਕੇ ਹਨਾ ਸੋ ਤੁਸੀਂ ਦੱਸਿਓ ਜੇ ਇਹ ਇੰਡੀਆ ਚ ਇਦਾਂ ਰੱਖਿਆ ਹੁੰਦਾ ਇਹ ਰਹਿਣਾ ਸੀਗਾ ਤੁਸੀਂ ਕਮੈਂਟ ਕਰਕੇ ਦੱਸਿਓ ਸਾਰੇ ਹਨਾ ਸੋ ਇਹਦੇ ਬਾਰੇ ਹੋਰ ਪੜ੍ਹ ਸਕਦੇ ਸੀ A S T E L O Q ਕਸਟੇਲੋ ਕਯੂਬ ਜਾਂ ਨਿਊਯਾਰਕ 골ਡ پارک 골ਡ ਦਾ ਕੁਝ ਲਿਖਦੇ ਹੋ ਜਿਹਨੂੰ ਝੂਠ ਲੱਗਦਾ ਆ ਵੀ ਬਾਈ ਇਹ ਝੂਠ ਬੋਲਦਾ 186 ਕਿਲੋ ਸੋਨਾ ਇਦਾਂ ਸ਼ਰਿਆਮ پارک ਚ ਨਹੀਂ ਰੱਖ ਸਕਦੇ ਬਾਈ ਦੁਨੀਆ ਬਹੁਤ ਪਰੇ ਦੀ ਪਰੇ ਆ ਸਾਡਾ ਦਿਮਾਗ ਸਾਨੂੰ ਇਹ ਸੋਚਣ ਤੋਂ ਰੋਕ ਦਿੰਦਾ ਵੀ ਇਦਾਂ ਨਹੀਂ ਹੋ ਸਕਦਾ ਇਦਾਂ ਹੋਇਆ ਆ ਤੇ ਹੁਣ ਤੁਹਾਨੂੰ ਇਹਨਾਂ ਜ਼ਹਿਰੀਆਂ ਲੋਕਾਂ ਦੀਆਂ ਕਰਤੂਤਾਂ ਦਿਖਾਉਣਾ ਪਤੰਦਰੋ ਦੁਨੀਆ ਕਿੱਥੇ ਪਹੁੰਚ ਗਈ ਤੁਸੀਂ ਉਹੀ ਤੁਹਾਡੇ ਖਾਨਾ ਖਰਾਬ ਜ਼ਹਿਰ ਭਰਿਓ ਤੁਹਾਡੇ ਅੰਦਰ ਦਿਲਾਂ ਚ ਮਨਾਂ ਚ ਆ ਲਓ ਜੀ ਭਾਜਪੀ ਦਾ ਜਿਹੜਾ ਆਪਣਾ ਅਰੋਨ ਜაძਬ ਦੇਖੋ ਵੀਡੀਓ ਦੇ 3 ਮਿਲੀਅਨ ਵਿਊ ਹੋ ਗਏ ਆ ਹਨਾ ਸੋ ਦੇਖੋ ਜੀ ਇਹ ਕੀ ਲਿਖਦਾ ਆ ਇਹ ਆਈਟੀ ਸੈੱਲ ਦਾ ਮੁਖੀ ਆ ਹਨਾ ਭਾਜਪੀ ਦਾ ਸੋ ਦੇਖ ਸਕਦੇ ਹੋ ਇਹਨਾਂ ਦੇ ਹਾਲ ਇਹਨਾਂ ਦੀਆਂ ਕਰਤੂਤਾਂ ਲਤਾ ਮਗੇਸ਼ਕਰ ਜੀ ਦੀ ਮੌਤ ਤੇ ਸ਼ਾਹਰੂਖ ਖਾਨ ਦੁਆ ਪੜ ਕੇ ਹਨਾ ਜਿੱਦਾਂ ਵੀ ਇਹ ਕਰਦਾ ਆ ਤੇ ਇਸ ਨੇ ਕੈਪਸ਼ਨ ਪਾਇਆ ਕਿ ਆ ਇਸ ਨੇ ਥੂਕਾ ਹੈ ਉਹ ਸਾਲੇ ਉਹ ਤੁਹਾਡੇ ਆ ਮਨਾ ਦਿਲਾਂ ਚ ਇੰਨੀ ਜ਼ਹਿਰ ਇੰਨੀ ਜ਼ਹਿਰ ਇੰਨੀ ਜ਼ਹਿਰ ਮਰਿਆ ਨੂੰ ਤਾਂ ਬਖਸ਼ ਦਿਆ ਕਰੋ ਸੋ ਸ਼ਾਹਰੂਖ ਖਾਨ ਨੇ ਦੁਆ ਪੜ ਕੇ ਆਪਣੇ ਮੁਸਲਿਮ ਧਰਮ ਦੇ ਅਨਸਾਰ ਹਨਾ ਉਸ ਨੇ ਕੀਤਾ ਆ ਹਨਾ ਲਤਾ ਮਗੇਸ਼ਕਰ ਜੀ ਨੂੰ ਸ਼ਰਧਾਂਜਲੀ ਦਿੱਤੀ ਹਨਾ ਸੋ ਇਹ ਦੇਖ ਸਕਦੇ ਆ ਇਨੇ ਲਿਖਿਆ ਪਈ 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 ਲਤਾ ਮਗੇਸ਼ਕਰ ਜੀ ਦੀ ਡੈਥ ਬੋਡੀ ਤੇ ਸ਼ਾਹਰੂਖ ਖਾਨ ਨੇ ਥੁੱਕਿਆ ਆ ਦੇਖ ਸਕਦੇ ਆ ਇਹਦੇ ਨੀਲੀ ਟਿੱਕ ਲੱਗੀ ਹੋਆ ਸੋ ਆਈਟੀ ਸੈੱਲ ਦਾ ਮੁਖੀ ਆ ਇਹ ਆਪਣੀਆਂ ਨਾਲ ਦੀ ਸਟੇਟ ਦੱਸ ਦੇਖੋ ਇਹਨਾਂ ਦੇ ਮਨਾਂ ਚ ਕਿੰਨਾ ਜ਼ਹਿਰ ਆ ਹਨਾ ਸੋ ਇਹਦੀ ਇੰਨੀ ਥੂ ਥੂ ਹੋਈ ਆ ਬਾਈ ਜੀ ਗੱਲਾਂ ਛੱਡ ਦੋ ਸੋ ਉਹ ਮਾਸਕ ਲਾ ਕੇ ਥੁੱਕਦਾ ਨਹੀਂ ਸੋ ਮੁਸਲਮ ਧਰਮ ਚ ਸੋ ਦੁਆ ਪੜ ਕੇ ਫੂਕਣਾ ਮਤਲਬ ਫੂਕ ਮਾਰੀ ਆ ਉਹਨੇ ਹਨਾ ਜੋ ਵੀ ਆ ਤੇ ਇਹ ਲਿਖਦੇ ਆ ਵੀ ਥੁੱਕਿਆ ਆ ਲਤਾ ਮਗੇਸ਼ਕਰਦੀ ਡੈਥ ਬੋਡੀ ਤੇ ਸ਼ਾਹਰੂਖ ਖਾਨ ਇਹੋ ਜ਼ਹਿਰ ਵਾਲਿਓ ਸਾਲਿਓ ਤੁਸੀਂ ਹੈਗੇ ਤਾਂ ਇਹਨਾਂ ਦੇ ਫੈਨ ਹੀ ਆ ਤੇ ਕਰਦੇ ਆ ਗੱਲਾਂ ਇਹ ਉਹੀ ਯਾਰ ਉਹਨੂੰ ਜਦ ਵਿਆ ਤੇ ਜਿਹੜਾ ਪੁੱਛਦਾ ਫਿਰਦਾ ਸੀ ਆਈ ਐਮ ਸ਼ਾਹਰੂਖ ਖਾਨ ਨੂੰ ਵਾਟ ਇਜ਼ ਦਾ ਬਿਹਾਈਂਡ ਯੋਰ ਗ੍ਰੇਟ ਹੇਅਰ ਬ੍ਰਦਰ ਹਾਂਜੀ 2016 ਚ ਹਨਾ ਹੁਣ ਇੱਕ ਇਹ ਟਵੀਟ ਡਿਲੀਟ ਕਰ ਗਿਆ ਹੁਣ ਸੋ ਜਿਹੜੀਆਂ ਭੇਡਾਂ ਆ ਵਿੱਚੋਂ ਵਿੱਚ ਫੈਨ ਭਾਵੇਂ ਇਹ ਸਲਮਾਨ ਆਮਰ ਤੇ ਸ਼ਾਹਰੂਖ ਖਾਨ ਮੁਸਲਿਮ ਧਰਮ ਨਾਲ ਆ ਤੇ ਇਹਨਾਂ ਦਾ ਵਿਰੋਧ ਕਰਦੀਆਂ ਉੱਤੋਂ ਉੱਤੋਂ ਪਰ ਵਿੱਚੋਂ ਵਿੱਚ ਇਹਨਾਂ ਦੇ ਫੈਨ ਹੀ ਆ ਹਾ ਦੇਖ ਸਕਦੇ ਆ ਹਨਾ ਤੇ ਆ ਲਓ ਜੀ ਇਹ ਉਹੀ ਅਰਨਜ ਜੱਧ ਵਿਆਹ ਜਿਹੜਾ ਸਲਮਾਰ ਸ਼ਾਹਰੂਖ ਖਾਨ ਨੂੰ ਪੁੱਛਦਾ ਸੀ ਭਾਜੀ ਇਦਾਂ ਭਾਜੀ ਉਦਾਂ ਤੇ ਹੁਣ ਕਹਿੰਦਾ ਵੀ ਥੁੱਕਿਆ ਸ਼ਾਹਰੂਖ ਖਾਨ ਨੇ ਲਤਾ ਮਗੇਸ਼ ਬਾਈ ਜੀ ਇਹਨਾਂ ਨੂੰ ਅੱਗ ਤਾਂ ਤਾਂ ਲਗ ਬਾਈ ਜੀ ਜਿਹੜਾ ਅਸਲੀ ਇੰਡੀਆ ਆ ਭਾਰਤ ਆ ਜਿਹਦੀਆਂ ਆਧਾਰਨਾ ਦੁਨੀਆ ਭਾਰਤ ਦਿੱਤੀਆਂ ਜਾਂਦੀਆਂ ਆ ਆ ਆ ਅਸਲੀ ਭਾਰਤ ਤੇ ਆ ਬੀਜੇਪੀ ਨੇ ਇੰਨਾ ਜ਼ਹਿਰ ਭਰਤਾ ਲੋਕਾਂ ਦੇ ਦਿਲਾਂ ਚ ਗੱਲਾਂ ਹੀ ਛੱਡੋ ਸ਼ਾਹਰੂਖ ਖਾਨ ਆਪਣੇ ਮੁਸਲਮਾਨ ਧਰਮ ਅਨੁਸਾਰ ਸ਼ਰਧਾਂਜਲੀ ਦੇ ਰਿਹਾ ਲਤਾ ਮਗੇਸ਼ਕਰ ਜੀ ਨੂੰ ਦੇਖ ਸਕਦੇ ਹਨ ਤੇ ਇਹ ਤਸਵੀਰ ਬਹੁਤ ਵਾਇਰਲ ਹੋਈ ਆ ਵੀ ਇਹਦੀ ਘਰ ਵਾਲੀ ਗੋਰੀ ਐ ਗ ਕੁੜੀ ਦਾ ਨਾ ਸੋ ਦੇਖ ਸਕਦੇ ਹੋ ਆਪਣੇ Hindu ਧਰਮ ਅਨੁਸਾਰ ਹੱਥ ਇਸ ਤਰ੍ਹਾਂ ਉਸਨੇ ਜੋੜੇ ਹੋਏ ਨੇ ਸੋ ਇਸਨੇ Muslim ਧਰਮ ਅਨੁਸਾਰ ਹੱਥ ਇਸ ਤਰ੍ਹਾਂ ਗਿੱਤੇ ਹੋਏ ਨੇ ਸੋ ਇਹੀ ਚੀਜ਼ ਸਾਡੀ ਭਾਰਤ ਦੀ ਸਾਰੀ ਦੁਨੀਆ 'ਚ ਮਸ਼ਹੂਰ ਸੀ ਵੀ ਸਾਰੇ ਧਰਮ ਸੇਮ ਆ ਉੱਥੇ ਲੋਕਤੰਤਰ ਆ ਸਾਰਾ ਕੁਝ ਪਰ ਜਦੋਂ ਦੀ BJP ਆਈ ਆ ਬੇੜਾ ਹੀ ਗਰਕ ਕਰਤਾ ਜ਼ਹਿਰ ਭਰੀ ਜਾਂਦੇ ਆ ਨੈਟ ਤੋਂ ਫੋਟੋ ਮੈਂ ਐਡਿਟ ਕਰਕੇ ਇਧਰੋਂ ਉਧਰੋਂ ਹਨਾ ਘਟ ਗਣਤੀਆਂ ਦਾ ਇਹ ਨਹੀਂ ਮਾੜਾ ਹਾਲ ਕੀਤਾ ਪਿਆ ਆ ਤੇ ਹੋਰ ਦਿਖਾਉਣਾ ਬਾਈ ਜੀ ਬਹੁਤ ਇਹਨਾਂ ਦੇ ਵੀ ਮਾੜੇ ਹਾਲ ਆ ਗਈ ਉਹ ਦੀਦੀ ਆ ਦੀਦੀ ਪਹੁੰਚ ਗਈ ਦੀਦੀ ਉੱਤਰ ਪ੍ਰਦੇਸ਼ ਬਾਈ ਜੀ ਮਾਵੇਂ ਮੈਂ ਖਲੇਜ ਜੱਦਵ ਦਾ ਮੈਂ ਪ੍ਰਸ਼ੰਸਕ ਨੀਗਾ ਪਰ ਇਹਨਾਂ ਨਾਲੋਂ ਕਈ ਟਾਈਮ ਇਹ ਵਧੀਆ ਆ ਬਾਈ ਜੀ ਜੋਗੀ ਜੂਗੀ ਨਾਲ ਉਹ ਸੋ ਦੀਦੀ ਪਹੁੰਚ ਗਈ ਆ ਉੱਤਰ ਪ੍ਰਦੇਸ਼ ਹੁਣ ਪੈਣਗੇ ਪਟਾਕੇ ਜਿੱਤੇ ਜਵੇ ਯਾਰ ਆਪਾਂ ਤਾਂ ਕਿੰਨੇ ਖਲੋਈ ਸੁਣੀ ਜਿੱਤਣ ਹਨਾ ਜੋ ਵੀ ਹੈ ਜੋਗੀ ਨਹੀਂ ਹੋਣਾ ਚਾਹੀਦਾ ਬਾਕੀ ਜੋ ਮਰਜੀ ਆ ਜਾਵੇ ਜੋਗੀ ਨਹੀਂ ਜੂਪੀ ਚਾਉਣਾ ਚਾਹੀਦਾ ਤੇ ਆਉਣਾ ਵੀ ਹੈ ਨਹੀਂਗਾ ਉਹ ਕਿਦਾਂ ਜਿੱਦਾਂ ਆਪਣੇ ਪੰਜਾਬ ਚ ਰੈਲੀ ਸੀ ਹਨਾ ਕੋਈ ਆਇਆ ਨਹੀਂ ਸੀ ਕੁਰਸੀਆਂ ਖਾਲੀ ਸੀ ਕਹਤਾ ਵੀ ਪੰਜਾਬ ਵਾਲਿਆਂ ਤੋਂ ਖਤਰਾ ਹੈ મોદી ਨੂੰ ਤੇ ਹੁਣ ਉਹੀ ਸੇਮ ਚੀਜ਼ ਹਾਂਜੀ ਉਹੀ ਸੇਮ ਚੀਜ਼ ਹੋਈ ਆ ਉੱਤਰ ਪ੍ਰਦੇਸ਼ ਦੇ ਬਿਜਨੌਰ ਚ ਸੋ ਲੋਕਾਂ ਨੂੰ ਅਕਲ ਆ ਗਈ ਆ ਦੇਖ ਸਕਦੇ ਆ ਥੋੜੀ ਇੱਥੇ ਮੋਦੀ ਦੀ ਸੀ ਰੈਲੀ ਥੋੜੀ ਦੇਰ ਮੇ ਪੀਐਮ ਕੀ ਵਰਚੁਅਲ ਰੈਲੀ ਦੇਖੋ ਹਨਾ ਖਰਾਬ ਮੌਸਮ ਕੀ وجہ ਸੇ ਬਿਜਨੌਰ ਨਹੀਂ ਜਾਣਗੇ ਬਿਜਨੌਰ ਜਾਣਾ ਸੀਗਾ ਮੋਦੀ ਨੇ ਤੇ ਲਿਖਤਾ ਵੀ ਮੌਸਮ ਉੱਥੇ ਖਰਾਬ ਹੈ ਇਸ ਲਈ ਮੋਦੀ ਬਿਜਨੌਰ ਨਹੀਂ ਜਾਵੇਗਾ ਹਾਂਜੀ ਦੇਖ ਸਕਦੇ ਆ ਖਰਾਬ ਮੌਸਮ ਦੀ وجہ ਸੇ ਬਿਜਨੌਰ ਨਹੀਂ ਜਾਣਗੇ ਪੀਐਮ ਤੇ ਬਾਈ ਜੀ ਕੱਲ ਦਾ ਮੌਸਮ ਜਿਹੜਾ ਉੱਤਰ ਪਰਦੇ ਤੁਹਾਡੇ ਕੋ ਵੀ ਇੰਟਰਨੈਟ ਸਾਰਿਆਂ ਕੋਲ ਆ ਜਿਹਨੂੰ ਕੋਈ ਸ਼ੱਕ ਛੇਵਾ ਤੁਸੀਂ ਵੀ ਚੈੱਕ ਕਰ ਲਿਓ ਕੱਲ ਦਾ ਮੌਸਮ ਕਿਦਾਂ ਦਾ ਸੀ ਬਿਜਨੌਰ ਚ ਕੱਲ ਸਾਰਾ ਦਿਨ ਧੁੱਪ ਸੀ ਸੋ ਮੌਸਮ ਬਿਜਨੌਰ ਦਾ ਨਹੀਂ ਖਰਾਬ ਜਨੌਰ ਦਾ ਖਰਾਬ ਆ So, <laughs> ਭਾਈ ਟੋਪ ਸੀਨ ਪੂਰੀ ਕੋਈ ਮੀ ਨਹੀਂ ਸੀ ਕੋਈ ਕੁਝ ਨਹੀਂ ਸੀ ਕੁਰਸੀਆਂ ਖਾਲੀ ਸੀ ਜਿੱਦਾਂ ਆਪਣੇ ਪੰਜਾਬ ਚ ਹੋਇਆ ਇਦਾਂ ਹੀ ਬਜਨੌਰ ਚ ਹੋਇਆ ਤੇ ਬਹਾਨਾ ਲਾਤਾ ਜੀ ਮੌਸਮ ਖਰਾਬ ਆ ਬਾਈ ਜੀ ਮੌਸਮ ਨਹੀਂ ਹੁਣ ਤਾਂ ਤੁਹਾਡਾ ਟਾਈਮ ਖਰਾਬ ਆਉਣਾ ਆ ਲੋਕ ਸਿਆਣੇ ਹੋ ਚੁੱਕੇ ਆ ਸਹੀ ਹੈ ਨਾ ਤੇ ਹੋਰ ਦਿਖਾਉਣਾ ਜੀ ਇਹਨਾਂ ਦੀਆਂ ਕਰਤੂਤਾ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਜੀ ਆਪਣੀ ਰੀਜ ਵੀ ਬਹੁਤ ਘਟੀ ਹੋਈ ਆ ਤੇ ਬਾਕੀ ਅੱਜ ਦੇ ਦਿਨ ਭਾਰਤ ਦੀ ਸਭ ਤੋਂ ਪਹਿਲੀ ਜਿਹੜੀ ਭਾਰਤ ਚ ਤਿਆਰ ਹੋਈ ਸੀ ਪਣ ਡੁੱਬੀ ਦੇਖ ਸਕਦੇ ਆ ਸ਼ਿਸ਼ੂ ਕੁਮਾਰ ਕਲਾਸ ਦੀ ਸੀ ਦਾ ਨਾਇਆ ਸ਼ੈਲਕੀ ਹਨਾ ਅੱਜ ਦੇ ਦਿਨ ਇਹ ਦੇਖ ਸਕਦੇ ਹਾਂ 7 ਤਰੀਕ 1992 ਦੇ ਕਮਿਸ਼ਨਡ ਹੋਈ ਸੀ ਤੇ ਜਰਮਨੀ ਦੇ ਸਹਿਯੋਗ ਨਾਲ ਇਹ ਤਿਆਰ ਕੀਤੀ ਸੀ ਇਹ ਪੰਡੂਬੀਆਂ ਜਿਹੜੀਆਂ ਪਾਣੀ 'ਚ ਚੱਲਦੀਆਂ ਹਨਾ ਤੇ ਤੁਹਾਨੂੰ ਹੋਰ ਦਿਖਾਉਣਾ ਜੀ ਭਾਰਤ ਕੋਲ ਕਿਹੜੀਆਂ ਪੰਡੂਬੀਆਂ ਹਨਾ ਸੋ ਆਪਣਾ ਮਕਸਦ ਹੁੰਦਾ ਵਧੀਆ-ਵਧੀਆ ਚੀਜ਼ਾਂ ਮਤਲਬ ਪੇਸ਼ ਕੀਤੀਆਂ ਜਾਣ ਪਰ ਸ਼ੇਅਰ ਨਹੀਂ ਹੁੰਦੀਆਂ ਕੀ ਕਰੀਏ ਹਨਾ ਮੁੱਲ ਨਹੀਂ ਪੈਂਦਾ ਮਿਹਨਤ ਦਾ ਸੋ ਦੇਖੋ ਜੀ ਕਿਹੜੀ ਕਿਹੜੀ ਕਲਾਸ ਦੀਆਂ ਪੰਡੂਬੀਆਂ ਫਰਾਂਸ ਦੇ ਸਹਿਯੋਗ ਨਾਲ ਜਿਹੜੀਆਂ ਆ ਇਹ ਆ ਖੰਡੇਰੀ ਤੇ ਕਲਵਰੀ ਤੇ ਆ ਸਿੰਧੂ ਗੋਸ਼ ਆ ਜਿਹੜੀਆਂ ਤੇ ਇਹ ਇਹ ਆ ਤੇ ਆਪਣਾ ਜਰਮਨੀ ਦੇ ਸਹਿਯੋਗ ਨਾਲ ਜਿਹੜੀ ਤਿਆਰ ਹੋਈ ਸੀ ਭਾਰਤ 'ਚ ਤਿਆਰ ਹੋਈ ਸੀ ਹਨਾ ਪੂਰੀ ਤਰ੍ਹਾਂ ਸਭ ਤੋਂ ਪਹਿਲੀ ਪੰਡੂਬੀ ਅੱਜ ਦੇ ਦਿਨ ਹਨਾ 1992 'ਚ ਹੋਈ ਸੀ ਦੇਖ ਸਕਦੇ ਆ ਆਈ ਐਨ ਐਸ ਸ਼ੈਲਕੀ ਹਨਾ ਤੇ ਸਿੰਧੂ ਗੋਸ਼ ਕਲਾਸ ਜਿਹੜੀ ਉਹ ਰਸ਼ੀਆ ਦੇ ਵੱਖਰੇ ਵੱਖਰੇ ਦੇਸ਼ਾਂ ਦੇ ਸਹਿਯੋਗ ਨਾਲ ਭਾਰਤ ਕੋਲ ਪੰਡੂਬੀਆਂ ਆ ਸੋ ਵੱਖਰੇ ਵੱਖਰੇ ਇਹਨਾਂ ਦੇ ਨਾਂ ਆ ਸੋ ਜਰਮਨ ਫਰਾਂਸ ਤੇ ਰਸ਼ੀਆ ਦੇ ਸੈਯੂਗ ਵਾਲੀਆਂ ਪੰਡੁੱਬੀਆਂ ਦੇਖ ਸਕਦੇ ਹਣਾ ਸੋਈ ਨਾ ਬਾਰੇ ਵੀ ਕਿਸੇ ਦਿਨ ਡੀਪਲੀ ਦੱਸਾਂਗੇ ਤੇ ਤਸਵੀਰਾਂ ਦੋਗ ਹੋਰ ਰਹਿ ਗਈਆਂ ਜੀ ਉਹੀ ਰਿਕੁਐਸਟ ਹੈ ਜੀ ਸ਼ੇਅਰ ਕਰੋ ਬੱਦੋ ਬੱਦ ਨੋਟੀਫਿਕੇਸ਼ਨ ਕਿਸੇ ਨੂੰ ਨਹੀਂ ਜਾਂਦਾ ਆਪਣਾ ਸੋ ਤੁਸੀਂ ਬਾਕੀ ਦੋ ਟਾਈਮ ਆਪਣੇ ਪੱਕੇ ਆ ਸਭ ਨੂੰ ਪਤਾ ਏਸੀ ਜੀ ਪੰਡੁੱਬੀ ਜਿਹੜੀ ਭਾਰਤ ਚ ਸਭ ਤੋਂ ਪਹਿਲਾਂ ਤਿਆਰ ਹੋਈ ਸੀ ਅੱਜ ਦੇ ਦਿਨ ਆਪਣੀ ਕਮਿਸ਼ਨਡ ਹੋਈ ਸੀ ਰਜੀਵ ਗਾਂਦ ਹਾਂਜੀ ਹਰਜੀਵ ਗਾਂਧੀ ਸੀਗਾ 1992 ਚ ਆਈ ਥਿੰਕ ਆਹੋ ਉਦੋਂ ਕਹਣਾ ਤੇ ਬਾਅਦ ਚ ਨਹੀਂ ਮਰ ਗਿਆ ਸੀ ਕਰੇ ਚਲੋ ਜੋ ਵੀ ਆ ਮਤਲਬ ਉਹਨੇ ਉਹ ਕੀਤਾ ਸੀਗਾ ਹਨਾ ਉਹਦੇ ਮਾਰਨ ਤੋਂ ਬਾਅਦ ਲਾ ਲਓ ਤੇ ਬਾਕੀ ਭਰਾਵੋ ਦੋਗਤ ਤਸਵੀਰਾਂ ਹੋ ਰਿਆ ਦੁਨੀਆਦਾਰੀ ਦਾ ਦਿਖਾ ਦਿੰਨੇ ਤੁਹਾਨੂੰ ਤੇ ਨੌਰਥ ਕੋਰੀਆ ਵਾਲਿਆਂ ਨੇ ਕਹਿੰਦੇ ਬਾਕੀ ਇੱਥੇ ਕੈਨੇਡਾ ਚ ਟਰੱਕਾਂ ਵਾਲਿਆਂ ਨੇ 10 ਮਿਲੀਅਨ ਡਾਲਰ ਇਕੱਠਾ ਕਰ ਲਿਆ ਸੀ ਗੋ ਫੰਡਮੀ ਨੇ ਮਿਲੀਅਨ ਡਾਲਰ ਦੇ ਕੇ 9 ਮਿਲੀਅਨ ਕਹਿੰਦੇ ਰੀਫੰਡ ਕਰ ਲਓ ਆਪਾਂ ਜ ਆਪਣੇ ਪੈਸੇ ਵਾਪਸ ਲੈ ਲਓ ਤੇ ਉਹਨਾਂ ਨੇ ਹੁਣ ਕ੍ਰਿਪਟੋ ਕਰੰਸੀ ਨਾਲ ਬਾਵਾ ਪੈਸੇ ਇਕੱਠੇ ਕਰ ਲਿਆ ਆਪਣੇ ਆਟਵਾ ਚ ਐਮਰਜੈਂਸੀ ਲਾਤੀ ਉੱਥੇ ਦੇ ਮੇਅਰ ਜੀ ਨੇ ਤੇ ਸਾਰੇ ਹੀ ਮਤਲਬ ਜਿਹੜੇ ਗੋਰੇ ਵਿਰੋਧੀ ਆ ਵੈਕਸੀਨ ਦੇ ਉੱਥੇ ਪਹ ਕਿ ਮਝਾਰੇ ਕਰ ਰਹੇ ਨੇ ਤੇ ਨਾਰਥ ਕੋਰੀਆ ਤੇ ਬਾਈ ਜੀ ਇਲਜ਼ਾਮ ਲੱਗ ਰਿਹਾ ਜਿਹੜਾ ਨਾਰਥ ਕੋਰੀਆ ਦਾ ਮਿਜ਼ਾਈਲ ਪ੍ਰੋਗਰਾਮ ਆ ਕਿਉਂਕਿ ਨਾਰਥ ਕੋਰੀਆ ਮਾਤੜਿਆ ਦੇਸ਼ ਆ ਪੈਸਾ ਇਹਨਾਂ ਕੋਲ ਇੰਨਾ ਹੈ ਨਹੀਂ ਆ ਇਹ ਬਾਕੀ ਦੂਜੇ ਦੇਸ਼ਾਂ ਦੀਆਂ ਕ੍ਰਿਪਟੋ ਕਰੰਸੀਆਂ ਚੋਰੀ ਕਰਕੇ ਹੀ ਆਪਣੀਆਂ ਮਿਜ਼ਾਈਲਾਂ ਤਿਆਰ ਕਰਦੇ ਆ 50 ਮਿਲੀਅਨ ਡਾਲਰ ਤੋਂ ਵੱਧ ਇਹਨਾਂ ਨੇ ਲੋਕਾਂ ਦਾ ਕ੍ਰਿਪਟੋ ਕਰੰਸੀਆਂ ਇੰਟਰਨੈਟ ਤੋਂ ਚੋਰੀ ਕਰ ਲਿਆ ਬਾਈ ਜੀ ਦਿਮਾਗ ਦੇਖੋ ਕੋਰੀਆ ਵਾਲਿਆਂ ਦੇ ਇੰਨਾ ਹੀ ਦਿਮਾਗ ਹੈਗੇ ਆ ਪਤਾ ਨਹੀਂ ਇਹ ਵੀ ਦੇਸ਼ ਇੱਕ ਅਲੱਗ ਜਿਹਾ ਹੀ ਆ ਦੁਨੀਆ ਤੋਂ ਇਹਦੇ ਵੀ ਤੱਥ ਦੱਸਾਂਗੇ ਸੋ ਦੇਖੋ 50 ਮਿਲੀਅਨ ਡਾਲਰ ਲੋਕਾਂ ਦਾ ਨੈਟ ਤੋਂ ਛੋਰੀ ਕਰਕੇ ਆਪਣੇ ਦੇਸ਼ ਦੀਆਂ ਮਜ਼ੇਲਾਂ ਤਿਆਰ ਕਰੀ ਜਾਂਦੇ ਆ ਫੋਟੋਆਂ ਰਹਿ ਗਈਆਂ ਜੀ ਦੋ ਹੋਰ ਤੇ ਬਾਈ ਜੀ ਉਹੀ ਗੱਲ ਆ ਝੂਠ ਨੂੰ ਕਹਿਣਾ ਨਹੀਂ ਪੈਂਦਾ ਸ਼ੇਅਰ ਕਰੋ ਝੂਠ ਦਾ ਤੁਸੀਂ ਗਾਂ ਦੀ ਗਾਂ ਆਪਣੇ ਸਾਰੇ ਪਰਿਵਾਰਕ ਜਾਂ ਪਿੰਡਾਂ ਦੇ ਗਰੁੱਪਾਂ 'ਚ ਤੁਸੀਂ ਨੇਰ ਲਿਆ ਦਿੰਨੇ ਝੂਠ ਦਾ ਆ ਦੇਖ ਸਕਦੇ ਆ ਇਸ ਲੜਕੇ ਨੇ ਗੂਗਲ ਕੋ ਹੈਕ ਕੀ ਆ ਇਹ ਟਿਕਟੌਕ ਤੇ ਇਦੇ ਇੱਥੇ 11-12 ਲੱਖ ਵਿਊ ਆ ਇਸ ਪੋਸਟ ਤੇ ਬਾਕੀ ਹੋਰਾਂ ਪੋਸਟਾਂ ਦੇ 20-20 30 ਦੀ 50-50 ਲੱਖ ਆ ਭਰਾਵੋ ਕਿਸੇ ਨੇ ਨਹੀਂ Google ਨੂੰ ਹੈਕ ਕੀਤਾ ਸੀਗਾ ਕਾਕੇ ਜੀ 51 ਸਕਿੰਟ ਲਈ ਹੈਕ ਕੀਤੀ ਉਲੀ ਪ੍ਰਾਈਵੇਟ ਜਹਾਜ਼ ਭੇਜਿਆ 2 ਮਿੰਟ ਜੂ ਦਾ ਪਾਸਵਰਡ ਤਿਆਰ ਕੀਤਾ ਝੂਠ ਨੂੰ ਕਹਿਣਾ ਨਹੀਂ ਬੰਦਾ ਸ਼ੇਅਰ ਕਰੋ ਤੁਸੀਂ ਨੇਰ ਲਿਆ ਦਿੰਨੇ ਸ਼ੇਅਰ ਦਾ ਇਹ ਰਿਤੂ ਰਾ चौधरी ਨੇ ਜਸਟ ਬੱਗ ਲੱਭਿਆ ਸੀ ਬੱਗ ਭਾਵ ਸੋ ਥੋੜੀ ਜੀ ਖਰਾਬੀ ਲੱਭੀ ਸੀ ਹੈਨਾ ਸੋ ਦੇਖ ਸਕਦੇ ਆ Google ਦੀ ਦੇਖ ਸਕਦੇ ਆ ਬੱਗ ਹੰਟਰ ਸੋ ਉਚੂਨੀ ਮੈਂਸ਼ਨ ਕੀਤਾ ਵੀ ਰਿਤੂਰਾ ਚੌਧਰੀ ਨੇ ਇੱਕ ਕਮੀ ਲੱਭੀ ਸੀ ਹਨਾ Google ਚ ਹਨਾ ਸੋ ਦੇਖ ਸਕਦੇ ਆ ਸੋ Google ਚ ਨਹੀਂ Google ਦਾ ਭਾਵ Google YouTube ਵੀ Google ਦੀ ਆ ਹੋਰ ਵੀ ਕਈ ਸਾਈਟਾਂ Google ਦੀਆਂ ਆ ਤੇ ਆਪਣਿਆਂ ਨੇ ਲਾਤਾ ਜੀ Google ਦੀ Google ਹੀ ਹੈਕ ਕਰ ਲਈ ਤੇ ਜਹਾਜ ਭੇਜਿਆ ਇਦਾਂ ਉਦਾਂ 5 ਕਰੋੜ ਰੁਪਈਆ ਦਿੱਤਾ ਸੋ ਦੇਖ ਸਕਦੇ ਆ ਫਸਟ ਰਿਪੋਰਟ ਇਹਨੇ ਸਬਮਿਟ ਕੀਤੀ ਸੀ 25 ਜਨਵਰੀ 2022 ਨੂੰ ਇਸ ਨੇ ਇੱਕ ਖਰਾਬੀ ਲੱਭੀ ਸੀ ਬੱਗ ਹੰਟਰ ਦੇਖ ਸਕਦੇ ਆ ਨਾ ਬੱਗ ਭਾਵ ਭਈ ਥੋੜੀ ਕਮੀ ਪੇਸ਼ੀ ਇਹਨਾਂ ਦੀ ਸਾਈਟ ਚ ਕਿਤੇ ਵੀ ਸੋ ਉਹ ਲੱਭੀ ਸੀ ਨੇ ਵਿਚਾਰੇ ਨੇ ਉਗਲੇ ਨੂੰ ਕੋਈ ਪੈਸਾ ਨਹੀਂ ਦਿੱਤਾ ਕੋਈ ਪਾਸਪੋਰਟ ਨਹੀਂ ਤਿਆਰ ਕੀਤਾ ਕੋਈ ਪ੍ਰਾਈਵੇਟ ਜੈੱਟ ਨਹੀਂ ਭੇਜਿਆ ਪਰ ਆਪਣੇ ਲੋਕਾਂ ਨੇ ਹਲਾ ਲਲਾ ਕਰਾਤੀ ਸਾਰੇ ਪਾਸੇ ਹੋਏ ਜੀ ਉਹਨੂੰ ਜੈੱਟ ਭੇਜਤਾ 2 ਮਿੰਟ ਚ ਪਾਸਪੋਰਟ ਤਿਆਰ ਹੋ ਗਿਆ ਏਦਾਂ ਹੋ ਗਿਆ ਓਦਾਂ ਹੋ ਗਿਆ ਹਨਾ ਸੋ ਏਦਾਂ ਦੀਆਂ ਚੀਜ਼ਾਂ ਦੇਖ ਲਓ ਤੇ ਮੈਂ ਹੁਣ ਮੈਂ ਦਿਖਾਉਣਾ ਜੀ ਰਾਤੀ ਮੈਂ ਵੀਡੀਓ ਪਾਈ ਮੋਦੀ ਦੀਆਂ ਕਰਤੂਤਾਂ ਚੀਨ ਤੋਂ ਸਟੈਚੂ ਤਿਆਰ ਹੋਇਆ ਉਹੀ ਕਹਿੰਦਾ ਭਰਾਵੋ ਨੋਟੀਫਿਕੇਸ਼ਨ ਕਿਸੇ ਨੂੰ ਵੀ ਨਹੀਂ ਜਾਂਦਾ ਸ਼ੇਅਰ ਕਰੋ ਤੇ ਦੋ ਟਾਈਮ ਪੱਕੇ ਆ ਆਪਣੇ ਨੋਟੀਫਿਕੇਸ਼ਨ ਨਹੀਂ ਆਉਂਦਾ ਆਪ ਸਰਚ ਕਰਕੇ ਦੇਖ ਜਿਆ ਕਰੋ ਵੀਡੀਓ ਦੋ ਟਾਈਮ ਰੋਜ਼ ਦੀਆਂ ਪੱਕੀਆਂ ਆ ਤੋਂ ਮੋਦੀ ਨੇ ਕਰਤੂਤਾਂ ਦਿਖਾਈਆਂ ਚੀਨ ਤੋਂ ਸਟੈਚੂ ਬਣਾਇਆ 1000 ਕਰੋੜ ਰੁਪਇਆ ਖਰਚਿਆ ਜਸਟ 27000 ਲੋਕਾਂ ਨੇ ਦੇਖਿਆ ਪੇਜ ਦੇ ਜਿਹੜੇ ਫੋਲੋਅਰ ਹੈ 730000 ਆ ਸੋ 7 ਲੱਖ ਨੂੰ ਛੱਡ ਕੇ ਜਸਟ 27000 ਨੇ ਦੇਖਿਆ ਨੋਟੀਫਿਕੇਸ਼ਨ ਹੀ ਨਹੀਂ ਜਾਂਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਵੀਡੀਓ ਪਾਈ ਆ ਉਹੀ ਗੱਲ ਆ ਦੇਖ ਸਾ ਤੇ ਆਪਣੀਆਂ ਵੀਡੀਓ ਲੱਖ ਵੀਊ ਵੀ ਨਹੀਂ ਹੁੰਦਾ ਹੁਣ ਕਿਉਂਕਿ ਤੁਹਾਨੂੰ ਸਭ ਨੂੰ ਪਤਾ 26 ਕਿਉਂ ਮੈਂ ਤੁਹਾਡੇ ਸਿਰ ਤੇ ਭਰਾਵੋ ਵੱਡਗਾ ਮਾਰ ਦਿਨਾ 26 ਜਨਵਰੀ ਨੂੰ ਉੱਥੇ ਗਿਆ ਐਮਬੈਸੀ ਮੋਰੇ ਹਨਾ ਸਿੰਘਾਂ ਜ਼ੂਰਮਿਆਂ ਦੀਆਂ ਤਸਵੀਰਾਂ ਦਿਖਾਈਆਂ ਜੋ ਵੀ ਆ ਮੇਰੇ ਤੇ ਬੈਨ ਲੱਗਿਆ ਹੋਇਆ ਮਹੀਨੇ ਦਾ ਸੋ 26 ਤਰੀਕ ਤੱਕ ਹੋਣ ਵਾਲੀ 26 ਤਰੀਕ ਤੱਕ ਆਪਣਾ ਨੋਟੀਫਿਕੇਸ਼ਨ ਕਿਸੇ ਕੋਲ ਨਹੀਂ ਜਾਣਾ ਸੋ ਬਦਵਾਦ ਸ਼ੇਅਰ ਕਰੋ ਦੋ ਟਾਈਮ ਵੀਡੀਓ ਪਾਈ ਦੀ ਆ ਆਪ ਸਰਚ ਕਰਕੇ ਦੇਖ ਲਿਆ ਕਰੋ ਪੇਜ ਤੇ ਸੋ ਦੇਖੋ ਲੱਖ ਵਿਊ ਵੀ ਨਹੀਂ ਹੁੰਦਾ ਹਨਾ ਕਿੱਥੇ ਮਿਲੀਅਨ ਮਿਲੀਅਨ ਹੁੰਦੇ ਸੀ ਸੋ ਹੁਣ ਦੇਖੋ ਮੋਦੀ ਦਾ ਸਾਰਾ ਕੁਝ ਲੱਭਿਆ ਮਿਹਨਤ ਕਰਨੀ ਪੈਂਦੀ ਜਦੋਂ ਵਿਊ ਹੀ 10 15000 ਹੁੰਦੇ ਬੰਦਾ ਗੰਦਾ ਚੱਲ ਛੱਡ ਯਾਰ ਕੀ ਵੀਡੀਓ ਪਾਉਣੀ ਹਨਾ ਦੇਖਦਾ ਤਾਂ ਕੋਈ ਹੈ ਨਹੀਂਗਾ ਹਨਾ ਸੋ ਬਾਈ ਜੀ ਵਿਊ ਨਹੀਂ ਹੁੰਦੇ ਤੇ ਦੂਜੇ ਪਾਸੇ ਕਲਿੱਕਾਂ ਵੀ ਨਹੀਂ ਹੁੰਦੀਆਂ ਭਰਾਵੋ ਤੇ ਐਡ ਐਡ ਕਰਿਆ ਕਰਨੀ ਆ ਜੀ ਹੁਣ ਆਪਾਂ ਪਖੰਡੀ ਬਾਬਿਆਂ ਨੂੰ ਛੱਡ ਕੇ ਬਾਕੀ ਐਡ ਦਾ ਵੀ ਤੁਹਾਨੂੰ ਦੱਸਾਂਗੇ ਰਿਕੁਐਸਟ ਇੱਕੋ ਹੀ ਆ ਜੀ ਸਾਰਿਆਂ ਨੂੰ ਕਲਿੱਕਾਂ ਕਰਦੋ ਹਨਾ ਹਰੇਕ ਵੀਡੀਓ ਤੇ ਆਪਾਂ ਲਿੰਕ ਪਾਇਆ ਹੋਇਆ ਉਹ ਲਿੰਕ ਉੱਥੋਂ ਓਪਨ ਹੋ ਜਾਂਦਾ ਫੇਸਬੁੱਕ ਤੋਂ ਜੇ ਉਹ ਨਹੀਂ ਓਪਨ ਹੁੰਦਾ ਦੇਖੋ ਜੀ ਸਪੈਸ਼ਲ ਲੋਕ ਵੀ ਲਵਾਇਆ ਹੋਇਆ ਆ indi-radio.ca ਸਰਚ ਕਰਕੇ ਇੱਕ ਸਿਰੇ ਤੇ ਐਡ ਆਉਣੀ ਆ ਇਹੇ ਜੀ ਇੱਕ ਆ ਮੇਰੇ ਸਿਰ ਤੇ ਐਡ ਆਉਣੀ ਆ ਲਓ ਜੀ ਹਨਾ ਤੁਸੀਂ ਤੇ ਕਲਿੱਕ ਕਰ ਦਿਆ ਕਰੋ ਸਪੈਸ਼ਲੀ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਇੰਗਲੈਂਡ ਵਾਲਿਆਂ ਰਿਕੁਐਸਟ ਆ ਘੱਟ ਕਰਦੇ ਹਨਾ ਮੈਨੂੰ ਪਤਾ ਭਾਬੋ ਬਿਜੀ ਆ ਤੁਸੀਂ ਕੰਮਾਂ ਕਰਾਂ ਚ ਪਰ ਇੱਕ ਸਕਿੰਟ ਤਾਂ ਦੇ ਹੀ ਸਕਦੇ ਐਨੀ ਮਿਹਨਤ ਜੇ ਆਪਾਂ ਕਰਦਾ ਤੇ ਡੋਨੇਸ਼ਨ ਦਾ ਵੀ ਆਪਸ਼ਨ ਆ ਹਨਾ ਸੋ ਜੇ ਕੋਈ ਆ ਦੇਖੋ ਲੋਕ ਲੱਗਾ ਤੁਸੀਂ ਡੋਨੇਟ ਵੀ ਕਰ ਸਕਦੇ ਆ ਬਾਈ ਜੀ ਹਨਾ ਦੇਖੋ ਇਦਾਂ ਡੋਨੇਸ਼ਨ ਪੇਪਲ ਜਾਂ ਜਿੱਦਾਂ ਵੀ ਆ ਲੋਕ ਲੱਗਾ ਆ ਸਾਰਾ ਕੁਝ ਸਿਕਿਉਰ ਆ ਸੋ ਕੋਈ ਹੋ ਨਹੀਂਗਾ ਹਨਾ ਸੋ ਕਰ ਸਕਦੇ ਆ ਓਕੇ ਜੀ ਤੇ ਬਧੋਵਾਦ ਦੇ ਵੀਡੀਓ ਸ਼ੇਅਰ ਕਰਿਓ ਜੀ ਦੇਖ ਲੈਣੇ ਆ ਕਿੰਨੇ ਕੁ ਸ਼ੇਅਰ ਹੋਏ ਆ ਹਨਾ ਸੋ ਸਪੋਰਟ ਬਾਈ ਜੀ ਤੁਹਾਡੇ ਸਪੋਰਟ ਨਾਲ ਹੀ ਆ ਤੇ ਬਾਕੀ ਦਿਖਾਉਣੇ ਇਹਨਾਂ ਦੀਆਂ ਹੋਰ ਕਰਤੂਤਾ ਮੋਦੀ ਦੀਆਂ ਜਾਂ ਹੋਰਾਂ ਸਰਕਾਰਾਂ ਦੀਆਂ ਤੇ ਮੈਂ ਜਿੱਦਾਂ ਕਿਹਾ ਆ ਭਈ ਬਾਦਲ ਅਕਾਲੀ ਜਿੱਤਣ ਲਈ ਬਾਦਲ ਨੂੰ ਮਾਰ ਸਕਦੇ ਆ ਮੈਨੂੰ ਤਾਂ ਲੱਗਦਾ ਪਟਾਕਾ ਪੈ ਜਾਣਾ ਉਹਦਾ ਵੋਟਾਂ ਤੋਂ ਬਹਿਲਾਂ ਪਹਿਲਾਂ ਤੇ ਡੇਰੇ ਸਿਰਸੇ ਵਾਲਿਆਂ ਨੂੰ ਜੇਲ੍ਹ ਤੋਂ ਕਿਉਂ ਛੱਡਿਆ ਗਿਆ ਉਹਦੇ ਵੀ ਤੱਥ ਫਰੋਲਦੇ ਆ ਦੇਖਦੇ ਆ ਜੀ ਕਿੰਨੇ ਕਿ ਸ਼ੇਅਰ ਹੋਏ ਆ ਹੋਇਆ 200 ਸੰਜੀ ਥੋੜਾ ਹੀ ਆ ਓਕੇ ਜੀ ਆ ਲਿੰਕ ਪਾਉਣਾ ਜੀ ਸਾਰੇ ਜਣੇ ਲਿੰਕ ਤੇ ਕਲਿੱਕ ਕਰੋ ਤੇ ਆਪਣੀ ਸਪੋਰਟ ਕਰੋ ਤੇ ਮੋਦੀ ਦਾ ਸਟੈਚੂ ਵਾਲੀ ਵੀਡੀਓ ਵੀ ਦੇਖ ਲਓ ਸਾਰਿਆਂ ਸੱਚੀ ਗੱਲ ਪੇਟੰਗ ਵਾਲੀ ਹਿੰਦੀ ਸਵਾਲ ਮੁੰਡਾ ਟੱਪੇ ਦਾ ਪੈਂਡੰਨ ਦਾ ਰੂਡ ਵਾਲਾ ਤੇ ਡੈਂਟਨ ਚ ਆਇਆ ਹੋ ਜੇ ਕੋਈ ਵੀਰ ਭਰਾ ਮਿਲਣਾ ਚਾਹੁੰਦਾ ਮੈਸੇਜ ਕਰ ਦਿਓ ਤੇ ਵੱਧੋ ਵੱਧ ਸ਼ੇਅਰ ਕਰੋ ਭਰਾਵੋ ਸਪੋਰਟ ਕਰੋ ਜੀ ਸ਼ੁਕਰੀਆ ਕਲਿੱਕ ਕਰ ਦਿਓ ਲਿੰਕ ਪਾਉਣਾ